ਅਸਲਾਮ ਅਲੈਕਮ ਸਿਆਸੀ ਡੇਰਾ ਤੇ ਖੁਸ਼ ਆਮਦੇਦ ਹਜ਼ੂਰ ਸਾਡੀ ਦੁਆਏ ਕਿ ਤੁਸੀਂ ਜਿੱਥੇ ਵੀ ਤਸ਼ਰੀਫ ਫਰਮਾਓ ਅੱਲਾ ਪਾਕ ਤੁਹਾਡੇ ਤੇ ਆਪਣਾ ਖਾਸ ਫਜ਼ਲ ਔਰ ਰਹਿਮ ਫਰਮਾਏ ਤੇ ਮਿੱਠਾ ਜੀ ਵੱਡੀਆਂ ਖਬਰਾਂ ਲੈ ਕੇ ਇੱਕ ਵਾਰੀ ਫਿਰ ਮੈਂ ਤੁਹਾਡੀ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕਿਆ ਇਹ ਇਹ ਸੋਸ਼ਲ ਮੀਡੀਆ ਜਿਹੜੀ ਇਹ ਤਰੀਕੇ ਇਨਸਾਫ ਦੀ ਇਹ ਮੇਰੀ ਵੀ ਜਾਣ ਨਹੀਂ ਪਿਛੜਦੀ ਤੇ ਤੁਹਾਡੀ ਵੀ ਜਾਣ ਨਹੀਂ ਪਿਛੜਦੀ ਹਰ ਅੱਧੇ ਘੰਟੇ ਬਾਅਦ ਨਵਾਂ ਝੂਠ ਨਵੇਂ ਫਰਾਡ अजीबो गरीब किस्म के मामलात पाकिस्तान के खिलाफ पाकिस्तान की फौज के खिलाफ आवाम के खिलाफ धरती के खिलाफ ये चला देंगे ने नवा कट्टा खोल देंगे ने मेरे ओर एक कट्टा मैं बनना पैंता आके दसना पैदा तफसील सारी सामने ये जिन्हें भी फराड सारा दिन करते हैं मैं तेरे सामने लिया के बेनकाब करने होंगे ने इस गल का तुम सारे जता ना, ना मिठा जी अच्छा रौले ने बड़े पै गए आज़ाद अराकीन तड़ाताड़ जड़े ने ਨੌਨ ਲੀਗ ਜੁਆਇਨ ਕਰ ਰਹੇ ਨੇ ਯਾਨੀ ਨੱਕ ਦੇ ਕੋਕੇ ਜਿਹੜੇ ਨੇ ਨੱਕ ਦੇ ਕੋਕੇ ਉਹ ਡਿੱਗ ਡਿੱਗ ਕੇ ਤੇ ਨੌਨ ਲੀਗ ਦੇ ਕਦਮਾਂ 'ਚ ਆ ਕੇ ਅ ਮਤਲਬ ਕਿ ਖੇਡ ਦੇ ਨੇ ਪੈ ਠੀਕ ਹੋ ਗਿਆ ਨਾ ਤੜਾ ਤੜ ਜੁਆਇਨ ਕਰ ਰਹੇ ਨੇ ਇਹ ਵੀ ਤੁਹਾਨੂੰ ਸਿੱਧਾ ਦੱਸਨੇ ਆ ਅ ਇਹ ਗੁਜ਼ਾਰਿਸ਼ ਤੁਹਾਡੇ ਕੇ ਸਾਡੀ ਇਹ ਹੁੰਦੀ ਹੈ ਕਿ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਸਬਸਕ੍ਰਾਈਬ ਕਰਿਆ ਕਰੋ ਅੱਗੇ ਪਹੁੰਚਾਇਆ ਕਰੋ ਸਜਣਾ ਸੰਗੀਆਂ ਸਾਥੀਆਂ ਤੱਕ ਅ ਮਤਲਬ ਇਹ ਤੁਸੀਂ ਇਹਨੂੰ ਕਮਾਇਆ ਕਰੋ ਜਿਵੇਂ ਹੁਣ ਅੱਜ ਵੈਲੈਂਟਾਈਨ ਡੇ ਲੱਗ ਗਿਆ ਇਹ ਇਹ ਦੇ ਵੈਲੈਂਟਾਈਨ ਡੇ ਦੇ ਦੇ ਸਾਹ ਦੇ ਵਿੱਚ ਮਸ਼ੂਕਾਂ ਤੱਕ ਵੀ ਤੁਸੀਂ ਇਹ ਚੈਨਲ ਜਿਹੜਾ ਨਾ ਸਬਸਕ੍ਰਾਈਬ ਕਰਾਇਆ ਕਰੋ ਔਰ ਟੱਲੀਆਂ ਜਿਹੜੀਆਂ ਨਾ ਉਹ ਖੜਕਾਇਆ ਕਰੋ ਖਬਰਾਂ ਮੈਂ ਜਿਹੜੀਆਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਇਆ ਐ بار بار 9 ਮਈ ਕਰਾਂ ਦੇ ਸ਼ੇਰ ਅਫਜ਼ਲ ਮਰਵਤ ਇੱਕ ਹੀ ਮਾਮਲਾ ਇਹ ਦੱਸਨੇ ਨਿਆਜ਼ੀ ਨੂੰ ਅਦਾਲਤ ਦੇ ਵਿੱਚੋਂ ਨਲਿੱਤਰ ਪੈ ਗਿਆ ਇਹ ਕੀ ਮਾਮਲਾ ਇਹ ਦੱਸਨੇ ਆ ਅਲੀਮਾ ਦੀ ਤਲਬੀ ਅਲੀਮਾ ਖਾਨ ਤਲਬੀ ਉਹਦੀ ਅਜ਼ਾਦ ਅਰਾਕੀਨ ਉੜ ਗਏ ਇਹ ਕੀ ਮਾਮਲਾ ਇਹ ਦੱਸਨੇ ਡੱਬਾ ਪੀਰ ਦੀ ਕੁੜੀ ਨੂੰ ਜੁਰਮਾਨਾ ਤੇ ਫਰਡ ਨਿਕਲੀ ਇਹ ਕੀ ਮਾਮਲਾ ਇਹ ਅਸੀਂ ਤਰਨ ਦੱਸਨੇ ਆ ਸਭ ਤੋਂ ਪਹਿਲੇ ਅਸੀਂ ਚਲੋ ਐ ਡੱਬਾ ਪੀਰ ਤੋਂ ਸ਼ੁਰੂ ਕਰਨੇ ਆ ਡੱਬਾ ਪੀਰ ਦੀ ਬੇਟੀ ਨੂੰ ਜੁਰਮਾਨਾ ਤੇ ਫਰਡ ਨਿਕਲੀ ਇਹ ਆਪਣਾ ਕੁਰੇਸ਼ੀ ਸਾਹਿਬ ਦੀ ਕੁੜੀ ਜਿਹੜੀ ਹੈ ਇਹ ਇਲੈਕਸ਼ਨ ਲੜਦੀ ਸੀ ਪੀ ਮੁਲਤਾਨ ਤੋਂ ਤੇ ਇਹਦਾ انتخابੀ ਨਿਸ਼ਾਨ ਸੀ ਚਿਮਟਾ ਤੇ ਜ਼ਰੀ ਗਾਲੇ ਚਿਮਟਾ ਉਹਨੇ ਵਜਾਇਆ ਹੋਣਾ ਨਾਲ ਕੋਈ ਡਾਂਸ ਡੱਪਾ ਵੀ ਕੀਤਾ ਹੋਣਾ ساری عمر ਇਹਨਾਂ ਆਪਣੇ ਮਰੀਦ ਜਿਹੜੇ ਨੇ ਉਹ ਨਚਾਏ ਨੇ ਆਪਣੇ ਸਾਹਮਣੇ ਤੇ ਪਹਿਲੀ ਦਫਾ ਇਹ ਪੀਰਨੀ ਜਿਹੜੀ ਆ ਇਹ ਨੱਚੀ ਔਰ ਨਚਣ ਤੋਂ ਬਾਅਦ ਚਿਮਟਾ ਵੀ ਨਾਲ ਵਜਾਇਆ ਔਰ ਚਿਮਟਾ ਵਜਾਣ ਤੋਂ ਬਾਅਦ ਫਿਰ ਨਾਗਨ ਡਾਂਸ ਵੀ ਕੀਤਾ ਹੋਵੇਗਾ ਔਰ ਨਾਗਨ ਡਾਂਸ ਤੋਂ ਬਾਅਦ ਵੋਟ ਦੀਆਂ ਪਰਚੀਆਂ ਲੈਣ ਦੀ ਕੋਸ਼ਿਸ਼ ਕੀਤੀ ਹੋਵੇਗੀ ਗੱਲ ਸਿੱਧੀ ਔਰ ਸਾਦਾ ਔਰ ਸਾਫ਼ ਹੈ ਇਹ ਮੈਨੂੰ ਪੂਰਾ ਯਕੀਨ ਹੈ ਕਿ ਤੁਹਾਨੂੰ ਮੇਰੀ ਗੱਲ ਦੀ ਸਾਰੀ ਸਮਝ ਆ ਗਈ ਹੋਣੀ ਹੈ ਠੀਕ ਹੋ ਗਿਆ ਇਹ ਮਾਈ ਨੇ ਕੀ ਕੀਤਾ ਫਰਾਡ ਫੜਿਆ ਗਿਆ ਔਰ ਪਰਚਾ ਵੀ ਹੋ ਗਿਆ ਇਹ ਚਿਮਟੇ ਵਾਲੀ ਮਾਈ ਮਲਤਾਨਣ ਠੀਕ ਹੋ ਗਿਆ ਇਹ ਹੁਣ ਕਰਦੀ ਕੀ ਹੈ ਇਹ ਹੁਣ ਹਾਰ ਜਾਂਦੀ ਹੈ ਲੇਕਿਨ ਇਹਦੇ ਕੋਲ ਇਸ ਤੋਂ ਪਹਿਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਜਿਹੜਾ ਫਰਾਡ ਮੈਂ ਫੜਿਆ ਸੀ ਫਾਰਮ 45 ਜਿਹੜਾ ਉਹ ਮੈਂ ਸਾਰਾ ਫਰਾਡ ਦੱਸਿਆ ਕਿ ਕਿੱਥੇ ਉਹ ਬਣੇ ਕਿਸ ਤਰ੍ਹਾਂ ਉਹਦੇ ਤੇ ਰਿਜ਼ਲਟ ਬਣਾਇਆ ਗਿਆ ਘਰ ਦੇ ਵਿੱਚ ਬਹਿ ਕੇ ਔਰ ਉਹ ਰਿਜ਼ਲਟ ਫਿਰ ਜਿਹੜਾ ਟੀਵੀ ਚੈਨਲਾਂ ਦੇ ਜਿਹੜੇ ਐਂਕਰ ਨੇ ਜਿਹੜੇ ਖਰੀਦੇ ਸੀ ਮਲਕ ਰਿਆਸ ਦੇ ਪੈਸੇ ਨਾਲ ਉਹਨਾਂ ਨੂੰ WhatsApp ਕੀਤੇ ਗਏ ਔਰ ਉਹ ਫਿਰ ਉੱਥੇ ਬਹਿ ਕੇ ਤੇ ਇਹਨਾਂ ਨੂੰ ਜਿਤਾਉਂਦੇ ਰਹਿ ਇਲੈਕਸ਼ਨ ਕਮਿਸ਼ਨ ਦੇ ਵਿੱਚ ਦਾ ਜਿਹੜੇ ਅਸਲ ਫਾਰਮ 45 ਆ ਉਹ ਇਲੈਕਸ਼ਨ ਕਮਿਸ਼ਨ ਕੋਲ ਹੀ ਰਹਿ ਗਿਆ ਇਹ ਜਿਹੜੇ ਨੇ ਜਿਹੜਾ ਨੇ ਘਰ ਬਹਿ ਕੇ ਬਣਾਏ ਸੀ ਉਹਨਾਂ ਦੇ ਉੱਤੇ ਜਿੱਤ ਕੇ ਤੇ ਜਸ਼ਨ ਮਨਾਉਂਦੇ ਰਹੇ ساری ਰਾਤ ਕਿ ਅਸੀਂ ਜਿੱਤ ਗਏ ਹਾਲਾਂਕਿ ਮੈਂ ਉਸ ਰਾਤ ਵੀ ਪਾਂਡਾ ਜਿਹੜਾ ਉਹ ਫੋਰਥ ਛੜਿਆ ਸੀ ਮੈਂ ਪਹਿਲਾ ਬੰਦਾ ਸੀ ਜਿੰਨਾ ਇਹਨਾਂ ਦਾ ਫਰਾਡ ਫੜਿਆ ਸੀ ਔਰ ਨਾਲ ਮੈਂ ਦੱਸਿਆ ਸੀ ਕਿ ਇੰਨੀਆਂ ਗ੍ਰਿਫਤਾਰੀਆਂ ਵੀ ਹੋ ਗਈਆਂ ਨੇ ਫੈਜ਼ ਦਾ ਨੈਟਵਰਕ ਜਿਹੜਾ ਉਹ ਵੀ ਫੜਿਆ ਗਿਆ ਤੇ ਨਾਲ ਕੋਈ ਉਸਤਾਨੀਆਂ ਔਰ ਉਸਤਾਦ ਵੀ ਫੜੇ ਗਏ ਨੇ ਜਿਹੜੇ ਇਲੈਕਸ਼ਨ ਤੇ ਦੇਵਤੀਆਂ ਦੇ ਰਿਆ ਸੀ ਠੀਕ ਹੋ ਗਿਆ ਇਹ ੁਰਮਈ ਜਿਹੜੀ ਆ ਇਹ ਡੱਬਾ ਪੀਰ ਦੀ ਕੁੜੀ ਇਹ ਵੀ ਫੜੀ ਜਾਂਦੀ ਆ ਇਹ ਅਦਾਲਤ ਦੇ ਵਿੱਚ ਦਰਹਾਸਤੇ ਦਿੰਦੀ ਹੈ ਮਾਈ ਹੈ ਬਿਲਕੁਲ ਪੂਰੀ ਪੁਰਿਆ ਦਿਨਾਂ ਦੀ ਮਤਲਬ ਇੰਜ ਮਤਲਬ ਕਿ ਨਾਗਨ ਵਾਲਾ ਸਾਰਾ ਸਾਹਬ ਹਾਂਜੀ ਤੇ ਇਹਨ ਜਨਾਬ ਦਰਹਾਸ ਦੇ ਦਿੱਤੀ ਅਦਾਲਤ ਦੇ ਚੀਜ਼ ਮੈਂ ਜਿੱਤੀ ਪਈ ਸਾਂ ਮੈਂ ਇਹ ਜਿੱਤੀ ਪਈ ਸਾਂ ਤੇ ਸੁਵਰੇ ਮੈਨੂੰ ਹਰਾ ਦਿੱਤਾ ਗਿਆ ਅਦਾਲਤ ਜਾਂਦੀ ਜੱਜ ਨੇ ਪੁੱਛਿਆ ਹਾਂ ਬਈ ਇਹਰੇ ਕੁਲਕੀ ਸਬੂਤ ਤੇ ਕਿ ਤੂੰ ਜਿੱਤੀ ਸਾਂ ਤੇਰਾ ਲਿਆ ਨਾ ਆਪਣਾ ਕੋਸਾ ਹੱਕ ਤਵ ਕੋਈ ਚੀਜ਼ਾਂ ਕੱਢ ਨਾ ਉਤੋਂ ਠੀਕ ਹੈ ਨਾ ਤੇ ਮਾਈ ਨੇ ਫਿਰ ਉੱਥੋਂ ਉਹ ਵਰਕਾ ਜਿਆ ਕੱਢਿਆ ਤੇ ਅਜਾਜ ਦੇ ਸਾਹਮਣੇ ਰੱਖਿਆ ਕਿ ਜੱਜ ਸਾਹਿਬ ਇਹ ਵੇਖੋ ਮੈਂ ਜਿੱਤੀ ਪਈ ਸਾਂ ਹੁਣ ਦੋ ਵਰਕੇ ਸੀ ਇੱਕ ਵਰਕਾ ਜਿਹੜਾ ਉਹ ਫਾਰਮ 45 ਸੀ ਜਿਹੜਾ ਵਟਸਐਪ ਹੋਇਆ ਸੀ ਸੋਸ਼ਲ ਮੀਡੀਆ ਟੀਮ ਵੱਲੋਂ ਇੰਡੀਆ ਇੰਡੀਆ ਤੋਂ ਜਿਹਦੇ ਵਿੱਚ ਜਿੱਤਣ ਵਾਲੇ ਦੇ ਵੋਟ ਇਹਦੇ ਹੱਕ ਚ ਲਿਖੇ ਸੀ ਤੇ ਇਹਦੇ ਵੋਟ ਜਿਤਨ ਵਾਲੇ ਦੇ ਹੱਕ ਵਿੱਚ ਲਿਖੇ ਸੀ ਤੇ ਜ਼ੈਰੀ ਗੱਲ ਇਹ ਜਿਹੜਾ ਫਾਰਮ 45 ਘਰ ਭਰਿਆ ਹੈ ਉਹਦੇ ਤੇ ਇਹ ਨਾਗਲ ਜਿਹੜੀ ਇਜਤੀ ਸੀ ਜੱਜ ਸਾਹਿਬ ਨੇ ਪੁੱਛਿਆ ਅਸਲ ਫਾਰਮ 45 ਕਿੱਥੇ ਆ ਜਿਹਦੇ ਉੱਤੇ ਮੋਹਰ ਲੱਗੀ ਆ ਔਰ ਨਾਲ ਤੇਰੇ ਹਰ ਪੋਲਿੰਗ ਸਟੇਸ਼ਨ ਦੇ ਜਿਹੜੇ ਉਹ ਸਾਰਾ ਰਿਜ਼ਲਟ ਨੇ ਉਹ ਕਿੱਥੇ ਨੇ ਕਹਿੰਦੀ ਉਹ ਤੇ ਮੇਰੇ ਕੋਲ ਹੈ ਹੀ ਨਹੀਂ ਉਹ ਕਹਿੰਦਾ ਦੂਜਾ ਸਬੂਤ ਤੇਰੇ ਕੋਲ ਕੀ ਹੈ ਉਹਨੇ ਕਿਹਾ ਜੀ ਇਹ ਵੇਖ ਲਓ ਏ ਆਰ ਵਾਈ ਦੇ ਉੱਤੇ ਪੱਟੀ ਚੱਲੀ ਇੱਕ ਮੈਂ ਜਿੱਤ ਗਈ ਉਹ ਫਿਰ ਜੱਜ ਸਾਹਿਬ ਨੇ ਫਿਰ ਇਤਰਛਤਰ ਲਾ ਲਿਆ ਦੱਸਣ ਵਾਲੇ ਦੱਸਦੇ ਨੇ ਉਹਨਾਂ ਫਿਰ ਉਹ ਬੁਲਾ ਲਈਆਂ ਉਹ ਜਿਹੜੀਆਂ ਉਹ ਖਵਤਿੰਨ ਨਹੀਂ ਹੁੰਦੀਆਂ ਪੁਲਿਸ ਵਾਲੀਆਂ ਉਹ ਜੱਜ ਨੇ ਉਹਨਾਂ ਨੂੰ ਬੁਲਾ ਲਿਆ ਉਹਨੇ ਕਿਹਾ ਬਈ ਨਾਗਰ ਨੂੰ ਕੰਨ ਫਦਾ ਕੇ ਤੇ ਪਾਂਜਾ ਲਾ ਦਿਓ ਉਹ ਫਿਰ ਡੱਬਾ ਪੀਰ ਦੀ ਕੁੜੀ ਨੂੰ ਅਦਾਲਤ ਦੇ ਵਿੱਚ ਕੰਨ ਫਦਾ ਕੇ ਪਾਂਜਾ ਲਾਇਆ ਪਾਂ ਜੇ ਤੋਂ ਬਾਅਦ ਫਿਰ ਇਹਨੂੰ ਮੇਰੇ ਖਿਆਲਤ 2 ਲੱਖ ਰੁਪਇਆ ਜੁਰਮਾਨਾ ਕੀਤਾ ਉੱਥੇ ਔਰ ਨਾਲ ਹੀ ਪੁਲਿਸ ਨੂੰ ਹੁਕਮ ਕੀਤਾ ਕਿ ਇਹਦੇ ਖਿਲਾਫ ਫਰਾਡ ਦਾ ਪਰਚਾ ਦਰਜ ਕਰ ਦਿਓ ਯਾਨੀ ਕਿ ਸ਼ਾਹ ਮਮੂਦ ਕੁਰੇਸ਼ੀ ਦੀ ਕੁੜੀ ਰਿਆਸਤੇ ਪਾਕਿਸਤਾਨ ਦੇ ਨਾਲ ਫਰਾਡ ਕੀਤਾ ਇੱਕ ਜੈਲੀ ਫਾਰਮ 45 ਬਣਾਇਆ ਉਹਦੇ ਉੱਤੇ ਇੱਕ ਜੈਲੀ ਰਿਜ਼ਲਟ ਬਣਾਇਆ ਉਹ ਜੈਲੀ ਰਿਜ਼ਲਟ ਜਿਹੜਾ ਉਹ ਟੀਵੀ ਤੇ ਐਂਕਰਾਂ ਨੂੰ ਜਿਹੜੇ ਵਿਕੇ ਸੀ ਮਲਕ ਰਿਆਸ ਦੇ ਪੈਸੇ ਨਾਲ ਉਹਨਾਂ ਨੂੰ ਭੇਜਿਆ ਪੇਜ ਕੇ ਆਪਣੀ ਜਿੱਤ ਦਾ ਐਲਾਨ ਕਰਾਇਆ ਔਰ ਐਲਾਨ ਕਰਨ ਤੋਂ ਬਾਅਦ ਜਦੋਂ ਅਦਾਲਤ ਦੇ ਵਿੱਚ ਗਈ ਤੇ ਅਦਾਲਤ ਨੇ ਕਿਹਾ ਕਿ ਅਸਲ ਰਿਜ਼ਲਟ ਕਿੱਥੇ ਐ ਸੋਣੀਏ ਤੇ ਜ਼ੈਰੀ ਗੱਲੇ ਸੋਣੀ ਦੀ ਬੋਕੀ ਤੇ ਖਿੱਚੀ ਗਈ ਉੱਥੇ ਨਾਗਨ ਡਾਂਸ ਸ਼ੁਰੂ ਉਹਨਾਂ ਫਿਰ ਲਾਇਆ ਪੰਜਾ ਤੇ ਪਰਚਾ ਦਰਜ ਕਰਨ ਦਾ ਵੀ ਹੁਕਮ ਦੇ ਦਿੱਤਾ ਗਿਆ ਇਹ ਜਿਹੜੀ ਮਾਈ ਫਰਡਨ ਡੱਬਾ ਪੀਰ ਦੀ ਕੁੜੀ ਇਹ ਚਿਮਟੇ ਵਾਲੀ ਚਿਮਟੇ ਵਜਾਵ ਜਾ ਕੇ ਇਹਨੇ ਪਰਚੀਆਂ ਔਰ ਡਾਂਸ ਭਾਵ ਖਾ ਕੇ ਪਰਚੀਆਂ ਇਕੱਠੀਆਂ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਸੋਸ਼ਲ ਮੀਡੀਆ ਜਿਹੜੀ ਬਾਰਤ ਦੇ ਸ਼ਹਿਰ ਚਨਾਏ ਤੋਂ ਚੱਲਦੀ ਹੈ ਉਹਨੇ ਇਹਦੀ ਇਹਦਾ ਪ੍ਰੋਗਰਾਮ ਜਿਹੜਾ ਉਹ ਵਾੜ ਦਿੱਤਾ ਔਰ ਅਦਾਲਤ ਨੇ ਇਹਨੂੰ ਫਰਾਡਨ ਡਿਕਲੇਅਰ ਕਰ ਦਿੱਤਾ ਔਰ ਇਹਦੇ ਖਿਲਾਫ ਪਰਚਾ ਦਰਜ ਕਰਨ ਦਾ ਹੁਕਮ ਫਰਮਾ ਦਿੱਤਾ ਮੈਂ ਕਿਹਾ ਮੈਂ ਤੁਹਾਨੂੰ ਦੱਸ ਦਿਆਂ ਕਿ ਕੀ ਕੀ ਹੋ ਰਿਹਾ ਕਿਉਂਕਿ ਜੋ ਮੈਂ ਕਹਿਆ ਤੁਹਾਨੂੰ ਉਹੀ ਹੋ ਰਿਹਾ ਬੰਦੇ ਫੜੇ ਜਾ ਰਹੇ ਨੇ ਇਹ ਮੈਂ ਤੁਹਾਨੂੰ ਦੱਸ ਤਿਆ ਔਰ ਮੈਂ ਫਿਰ ਕਹਾਂਗਾ ਜਿਹੜਾ ਜਿਹੜਾ ਵੀ ਹਰੇ ਆ ਸ਼ੇਰ ਦਾ ਨਿਸ਼ਾਨ ਤੋਂ ਉਹ ਸਾਰੇ ਤੇ ਸਾਰੇ ਆਪਣੀ ਦੁਬਾਰਾ ਗਿਣਤੀ ਕਰਾਓ गिनती करो ਤੁਹਾਨੂੰ ਲੱਗ ਪਤਾ ਜਾਏਗਾ ਸਾਰੇ ਤੁਸੀਂ ਜਿੱਤੋਗੇ ਵੀ ਮੈਂ ਤੁਹਾਨੂੰ ਦੱਸਾਂ ਅੱਗੇ ਜਨਾਬ ਤੁਸੀਂ ਆ ਜਾਓ ਅੱਲਾ ਪ भला ਕਰੇ ਤੁਹਾਡਾ ਅਲੀਮਾ ਖਾਨ ਦੀ ਤਲਬੀ ਤੇ আজাদ ਅਰਾਕਿਨ ਉੱਡ ਗਏ ਇਹ ਅਲੀਮਾ ਖਾਨ ਜਿਹੜੀ ਹੈ ਇਹ ਇਹਨੂੰ FIA ਦਾ ਨੋਟਿਸ ਜਿਹੜਾ ਹੈ ਉਹ ਅੱਜ ਆ ਜਾਂਦਾ ਮਈ ਜਿਹੜੀ ਹੈ ਇਹ ਬੜੀ ਅਗਾ ਨਿਕਲ ਗਈ ਹੈ ਔਰ ਮੈਂ ਬਾਰ-ਬਾਰ ਇਹ ਗੁਜ਼ਾਰਿਸ਼ ਵੀ ਕਰਦਾ ਰਿਹਾ 9 ਮਈ ਹਮਲਿਆਂ ਦੇ ਵਿੱਚ ਇਹ ਅਲੀਮਾ ਜਿਹੜੀ ਹੈ ਇਹ ਮਲਵਸ ਇਹ ਜਿੱਦੇ ਪਰਚੇ ਵੀ ਨੇ ਔਰ ਇਹ ਜ਼ਮਾਨਤਾਂ ਤੇ ਵੀ ਤੇ 9 ਮਈ ਦੇ ਹਮਲਿਆਂ ਦੇ ਕੇਸ ਤੇ ਵਿੱਚ ਇਹ ਮਰਕਜ਼ੀ ਮੁਜਰਮ ਹੈ ਇਹਨੂੰ ਗ੍ਰਿਫਤਾਰ ਕੀਤਾ ਜਾ ਲੇਕਿਨ ਸਾਡੀ ਗੱਲ ਕਿਸੇ ਨੇ ਸੁਣੀ ਸਾਡੀ ਗੱਲ ਦਾ ਨਹੀਂ ਅਸਰ ਹੁੰਦਾ ਕਿਸੇ ਨੂੰ ਮੈਨੂੰ ਇਸ ਇਸ ਸਾਇੰਸ ਦੀ ਅਜੇ ਤੱਕ ਮੈਨੂੰ ਸਮਝ ਨਹੀਂ ਆਈ ਕਿ 1 ਮਈ ਜਿਹੜੀ ਹੈ ਉਹ ਮਲਵਸ ਹੈ 9 ਮਈ ਦੇ ਹਮਲਿਆਂ ਦੇ ਕੇਸ ਤੇ ਵਿੱਚ ਤੇ ਸ਼ਾਹ ਜੀ ਇਹ ਮੇਰੇ ਫਰਦੇ ਕਿਉਂ ਨਹੀਂ ਆ ਬੇਕਰ ਸਵਾਲ ਬਣਦਾ ਹੈ ਕਿ ਨਹੀਂ ਬਣਦਾ ਪੂਰਾ ਪਾਕਿਸਤਾਨ ਸਨ ਪੁੱਛਦਾ ਹੈ ਕਿ ਮਾਈ ਨਹੀਂ ਫੜੀ ਜਾਂਦੀ ਅਲੀਮਾ ਇਹਦੇ ਨਾਲ ਕਿਹੜੇ ਟਾਇਰ ਲੱਗੇ ਨੇ ਜਿਹੜੇ ਰੇਡ ਕੇ ਸੱਜੇ ਖੱਬੇ ਨੂੰ ਲੈ ਜਾਂਦੇ ਨੇ ਇਸ ਗੱਲ ਦਾ ਪਤਾ ਲੱਗਣਾ ਚਾਹੀਦਾ ਇਹ ਸਰਕਾਰ ਮਾਈ ਕਰਦੀ ਕੀ ਹੈ ਇਹ ਪਿਛਲੇ ਇੱਕ ਹਫ਼ਤੇ ਦੀ ਜਿਹੜੀ ਰਿਕਾਰ ਕਰਦੀ ਗਈ ਹੈ ਜਿਸ ਤੋਂ ਬਾਅਦ ਇਹ ਐਫਆਈਏ ਦਾ ਨੋਟਿਸ ਗਿਆ ਸੋਸ਼ਲ ਮੀਡੀਆ ਦੇ ਉੱਤੇ ਆਪਣੇ ਟਵਿੱਟਰ ਅਕਾਊਂਟ ਤੋਂ ਇਹ ਰਿਆਸਤ ਦੇ ਖਿਲਾਫ ਬਿਆਨات ਸ਼ੁਰੂ ਕਰ ਦਿੰਦੀ ਹੈ ਫੌਜ ਦੇ ਖਿਲਾਫ ਬਿਆਨات ਸ਼ੁਰੂ ਕਰ ਦਿੰਦੀ ਹੈ ਆਦਾਰਿਆਂ ਨੂੰ ਗਾਲਮ ਗਲੋਚ ਕਰਨਾ ਸ਼ੁਰੂ ਕਰ ਦਿੰਦੀ ਆ ਆਪਣੇ ਟਵਿੱਟਰ ਹੈਂਡਲ ਤੋਂ ਔਰ ਉਸ ਤੋਂ ਬਾਅਦ ਗਲਤ ਨਤਾਈਜ ਆਪਣੇ ਟਵਿੱਟਰ ਦੇ ਉੱਤੇ ਨਸ਼ਰ ਕਰਦੀ ਏ ਔਰ ਨਸ਼ਰ ਕਰਕੇ ਕਹਿੰਦੀ ਏ ਕਿ ਇਹਨੂੰ ਫਲਾ ਦਿਓ ਔਰ ਫਲਾਨ ਤੋਂ ਬਾਅਦ ਹੰਗਾਮੇ ਕਰੋ ਯਾਨੀ ਕਿ ਟਵਿੱਟਰ ਦੇ ਉੱਤੇ ਅਲੀਮਾ ਜਿਹੜੀ ਏ ਇਹ ਕਹਿੰਦੀ ਏ ਕਿ ਅਸੀਂ ਕੌਮੀ ਅਸੈਂਬਲੀ ਦੀਆਂ 200 ਸੀਟਾਂ ਜਿੱਤ ਗਏ ਆ ਅਲੱਗ ਅਸੀਂ ਹਕੂਮਤ ਬਣਾ ਰਹੇ ਆ ਸੁਭਾਈ ਅਸੈਂਬਲੀ ਦੀਆਂ 220 ਜਿੱਤ ਗਿਆ ਪੰਜਾਬ ਦੀਆਂ ਅਸੀਂ ਹਕੂਮਤ ਬਣਾ ਰਹੇ ਹਾਂ ਔਰ ਨਾਲ ਕਹਿੰਦੀ ਹੈ ਕਿ ਇਹਨੂੰ ਫਲਾ ਦਿਓ ਔਰ ਨਾਲ ਹੰਗਾਮੇ ਕਰੋ। ਰਿਆਸਤ ਦੀ ਇੱਟ ਨਾਲ ਇੱਟ ਵਜਾ ਦਿਓ। ਤੇ ਇਹ ਰਿਆਸਤ ਮੁਖਾਲਫ ਇਸ਼ਤਾਲ ਅੰਗੇਜ਼ ਮਵਾਦ ਨਸ਼ਰ ਕਰਨ ਦੇ ਚੱਕਰ ਦੇ ਵਿੱਚ ਅਲੀਮਾਬਾਜੀ ਨੂੰ 16 ਫਰਵਰੀ ਨੂੰ FIA ਨੇ ਤਲਬ ਕਰ ਲਿਆ। ਇਹ ਹੁਣ ਪਤਾ ਨਹੀਂ FIA ਦੇ ਵਿੱਚ ਵੀ ਕਿੰਨਾ ਕੋ ਐ ਐ ਇਮਰਾਨੂ ਬੈਠਾ ਇਸ ਗੱਲ ਦਾ ਮੈਨੂੰ ਪਤਾ ਤੇ ਅਗਰ ਕੋਈ ਉੱਥੇ ਕੋ ਮਹੱਬੇ ਵਤਨ ਪਾਕਿਸਤਾਨੀ ਬੈਠਾ ਹੈ ਕੋਈ ਡਾਇਰੈਕਟਰ ਡਿਪਟੀ ਡਾਇਰੈਕਟਰ FIA ਦੇ ਵਿੱਚ ਉਹਦੇ ਅੱਗੇ ਮੇਰੀ ਇੱਕੋ ਹੀ ਗੁਜ਼ਾਰਿਸ਼ ਹੈ ਕਿ ਸੁਣਿਆ ਇਹਨੂੰ ਬਲਾ ਤੇ ਹੁਣ ਲਿਆ ਤੇ ਫਿਰ ਜੋ ਇਲਜ਼ਾਮ ਹੈ ਉਹ ਤੇ ਸਾਹਮਣੇ ਟਵਿੱਟਰ ਤੇ ਪਾਇਆ ਨੇ ਹਰ ਹਰ ਬੰਦੇ ਨੇ ਵੇਖਿਆ ਨੇ ਅਸੀਂ ਸਭ ਤੋਂ ਪਹਿਲੇ ਵੇਖਿਆ ਸਾਰਾ ਕੁਝ ਮੌਜੂਦ ਹੈ ਤੇ ਜੇ ਹਜੇ ਵੀ ਤੂੰ ਇਹਨੂੰ ਫੜੇ ਨਾ ਨਾ ਤੇ ਫਿਰ ਤੇਰੀ ਵੀ ਕੋਈ ਗੱਲ ਤੇ ਫਿਰ ਤੇਰੇ ਤੇ ਵੀ ਸਾਨੂੰ ਵੀਡੀਓ ਬਣਾਣੀ ਪੈਣੀ ਐ ਐਫਆਈ ਆळ्या ਮਿੱਠਿਆ ਸ਼ਦਾ ਦਿਆ ਉਹ ਕਰ ਲੋ ਖਿਆਲ ਮੁਲਕ ਦਾ ਕੋਈ 2 4 ਇਸ ਤਰ੍ਹਾਂ ਦੇ ਅੰਦਰ ਕਰਕੇ ਉਹਨਾਂ ਨੂੰ ਕੋਈ ਸੁਵਾਦ ਦੁਆ ਦਿਓ ਕੋਈ ਮਿਸਾਲ ਬਣਾ ਦਿਓ ਕੋਈ ਇਸ ਮੁਲਕ ਦੇ ਲੋਕਾਂ ਨੂੰ ਠੰਡ ਪਾ ਦਿਓ ਉਹ ਕੀ ਮਸਲਾ ਤੁਹਾਨੂੰ ਕਿ ਤੁਸੀਂ ਇਹ ਇਹ ਉਧਾ ਨਹੀਂ ਪਾਜੇ ਮਾਲ ਜਿਹੜਾ ਹੈ ਛਾੜ ਦੇ ਇਹ ਮਾਲ ਇੱਥੇ ਰੱਖਣ ਵਾਲਾ ਪਾਕਿਸਤਾਨ 'ਚ ਇਹਨਾਂ ਦਾ ਤੱਲਕ ਕੀ ਹੈ ਪਾਕਿਸਤਾਨ ਨਾਲ ਮੈਂ ਤੇ ਪਹਿਲਾਂ ਤੁਸੀਂ ਇਹ ਦੱਸੋ ਉਹ ਜਿਨ੍ਹਾਂ ਨੇ ਪਾਕਿਸਤਾਨ ਦੀ ਫੌਜ ਤੇ ਹਮਲਾ ਕਰ ਦਿੱਤਾ ਆਰਮੀ ਚੀਫ ਦਾ ਤਖਤਾ ਉਲਟਾ ਕੇ ਸਾਜ਼ਿਸ਼ ਕਰ ਦਿੱਤੀ ਉਹ ਇਹਨਾਂ ਦਾ ਤੱਲਕ ਕੀ ਹੈ ਇਸ ਮੁਲਕ ਨਾਲ ਉਹ ਵੋਟ ਕਿਸ ਤਰ੍ਹਾਂ ਪਾ ਸਕਦੇ ਨੇ ਉਹ ਇਲੈਕਸ਼ਨ ਕਿਸ ਤਰ੍ਹਾਂ ਲੜ ਸਕਦੇ ਨੇ ਮੈਨੂੰ ਕੋਈ ਸਾਇੰਸ ਸਮਝਾ ਵੀ ਦੇਵੇ ਬੰਦਾ ਅਜੇ ਤੱਕ ਮੈਨੂੰ ਕਿਸੇ ਨੇ ਜਵਾਬ ਨਹੀਂ ਦਿੱਤਾ ਕਿ ਇਹ ਸਾਇੰਸ ਹੈ ਇਸ ਸਾਇੰਸ ਮਿੰ ਦਿੱਦਸੋ ਸਹੀ ਹੈ ਸاسي ਵੀ ਮੁਸਤਫੀਦ ਹੋਈਏ ਇਸ ਸਾਇੰਸ ਤੋਂ ਕਿ ਜਿਹਨਾਂ ਲੋਕਾਂ ਨੇ ਫੌਜ ਤੇ ਹਮਲਾ ਕੀਤਾ ਹੈ ਪਾਕਿਸਤਾਨ ਤੇ ਹਮਲਾ ਕੀਤਾ ਹੈ ਆਰਮੀ ਚੀਫ ਦਾ ਤਖਤਾ ਉਲਟਨ ਦੀ ਕੋਸ਼ਿਸ਼ ਕੀਤੀ ਹੈ ਉਹ ਆਜ਼ਾਦ ਫਿਰਦੇ ਨੇ ਪਏ ਔਰ ਇਲੈਕਸ਼ਨਰ ਦੇ ਫਿਰਦੇ ਨੇ ਅਲੀਮਨ ਗੰਡਾਪੋਰ ਨੂੰ ਵੇਖ ਲੋ ਮਰਕਜ਼ੀ ਮੁਜਰਮ ਉਹਨੇ ਪਖਤੂਨ ਹਾਜ਼ਰ ਵਜ਼ੀਰ ਇਲਾ ਬਣਾਣਾ ਉਹਨੇ 12 14 ਮੁਕਦਮਾਤ ਨੇ ਮਰਕਜ਼ੀ ਮੁਜਰਮ ਹੈ ਉਧਾਂ ਚੜਨਾ ਇਹ ਜੀ ਇਹ ਆ ਕੇ ਪਖਤੂਨ ਹਾਜ਼ਰ ਅਸੈਂਬਲੀ ਦੇ ਵਿੱਚ ਹਲਫ ਚੁੱਕ ਗਿਆ ਫਿਰ ਪਾਕਿਸਤਾਨ ਨੂੰ ਤਾਲਾ ਮਾਰ ਦਿਓ ਜੰਦਰਾ ਮਾਰ ਕੇ ਠੇਕੇ ਤੇ ਦੇ ਦਿਓ ਕਿਸੇ ਨੂੰ ਕਹਾਣੀ ਖਤਮ ਇੱਕ ਕਿਤੇ ਕਿਤੇ ਆਸੇ ਦਰਵਾਜ਼ੇ ਅਸੀਂ ਖੋਲਦੇ ਫਿਰਨੇ ਮੈਨੂੰ ਇਹਦਾ ਭਾਈ ਜੀ ਜਵਾਬ ਚਾਹੀਦਾ ਇਹ ਕੌਣ ਨੇ ਜਿਹੜੇ ਹਜੇ ਵੀ ਲਗੇ ਫਿਰਦੇ ਨੇ ਸ਼ਾਜੀ ਜਰਾ ਕੁ ਫਲਾ ਦੇ ਡੰਡਾ ਜਰਾ ਖਿੱਚ ਕੇ ਲਿਆਓ ਹਾਂ ਪਤਾ ਕਰ ਕੀ ਮਾਮਲਾ ਹੈ ਤੇ ਇਹ ਅਲੀਮਾ ਜਿਹੜੀ ਇਹਨੂੰ 16 ਫਰਵਰੀ ਦਾ ਨੋਟਿਸ ਜਿਹੜਾ ਇਹ ਆ ਗਿਆ ਔਰ ਇਹ ਐਫ ਆਈ ਆਈ ਵਾਲਿਓ ਕੰਡ ਨਾਉਣ ਲਵਾਇਆ ਜੀ ਅੰਦਰ ਕਰ ਦਿਓ ਹਣ 16 ਨੂੰ ਤੁਹਾਡੀ ਮਿਹਰਬਾਨੀ ਅੱਗੇ ਜਨਾਬ ਆਜੋ ਆਜ਼ਾਦ ਅਰਾਕੀਨ ਜਿਹੜੇ ਨੇ ਉੱਡ ਗਏ ਦਰਜਨਾ ਦੇ ਸਾਥ ਨਾਲ ਅੱਜ ਆਜ਼ਾਦ ਅਰਾਕੀਨ ਨੱਕ ਦੇ ਕੋਕੇ ਜਿਹੜੇ ਆਜ਼ਾਦੀ ਹਾਸਲ ਕਰਨਾ ਚਾਹ ਰਹੇ ਸੀ ਉਹ ਦਰਜਨਾ ਦੇ ਸਾਥ ਤੇ ਅੱਜ ਪੰਜਾਬ ਦੇ ਉਹ ਰੁਕਣ ਜਿਹੜੇ ਬਣੇ ਸੀ ਉਹ ਮੁਸਲਮਾਨ ਲੀਗ ਨੂੰ ਵਿੱਚ ਸ਼ਾਮਲ ਹੋ ਗਏ ਉਹਦੇ ਚੀਦਾ ਚੀਦਾ ਨਾਮ ਮੈਂ ਤੁਹਾਨੂੰ ਦੱਸਣਾ ਨਾ ਪੀਪੀ 132 ਤੋਂ ਸੁਲਤਾਨ ਬਾਜਵਾ ਉਹ ਨੱਕ ਦਾ ਕੋਕਾ ਸੀ तो आके डिगैया इत लाहौर पी पी दो सौ पजी शाजिया तरीन पी पी दो सौ अठासी हनीफ पताफी पी पी दो सौ उनानवे कादर लगारी पी पी दो सौ त्रायासी अरस असगर गौरमानी पी पी चौरानवे तैमूर लाली और उस पूरे भी पंजी त्री ने जोड़े इन्होंने जॉइन की थी आके मुस्लिम लीग नून ਨੇ ਜੁਆਇਨ ਕੀਤੀ ਔਰ ਇਹ ਸਾਰੇ ਨੱਕ ਦੇ ਕੋਕੇ ਜਿਹੜੇ ਨੇ ਇਹ ਆਸਤਾ-ਆਸਤਾ ਆਪਣੀਆਂ-ਆਪਣੀਆਂ ਜਮਾਤਾਂ ਦੇ ਵਿੱਚ ਜਾ ਰਹੇ ਨੇ ਜਿੱਥੇ-ਜਿੱਥੋਂ ਇਹ ਆਏ ਸੀ ਜਿੱਥੋਂ-ਜਿੱਥੋਂ ਇਹਨਾਂ ਸਿਆਸਤ ਸ਼ੁਰੂ ਕੀਤੀ ਸੀ। ਜ਼ਰੀ ਗੱਲ ਇਹ ਔਰ ਨਾਲ-ਨਾਲ ਆਸਤਾ-ਆਸਤਾ ਉਹ ਫਿਰ ਸਾਰਾ ਸਾਕਤਾ ਵੀ ਦੱਸਣਗੇ ਕੋਈ ਸਬੂਤ ਵੀ ਦੇਣਗੇ 9 ਮਈ ਦੇ ਸੱਜੇ ਖੱਬੇ ਅਸਾਰੀ ਮਾਰ-ਤਾੜ ਦੇ। ਇਹ ਸ਼ਵਾਹਦ ਵਗੈਰਾ ਜਿਹੜੇ ਨੇ ਉਹ ਵੀ ਦੇਣ ਦੇ ਠੀਕ ਹੋ ਗਿਆ ਨਾ ਜੀ। ਅੱਗੇ ਜਨਾਬ ਤੁਸੀਂ ਆਜੋ ਨਿਆਜ਼ੀ ਨੂੰ ਅਦਾਲਤ ਦੇ ਵਿੱਚ ਜੁੱਤੇ ਪੜ ਗਏ। ਇਹ ਹੁਣ ਜੁੱਤੇ ਪੜਨ ਵਾਲਾ ਕੀ ਮਾਮਲਾ ਹੈ? ਇੱਥੇ ਹੁਣ ਤਵੱਜੋ ਚਾਹੀਦੀ ਹੈ। ਅੱਛਾ ਪਹਿਲੋਂ ਰੌਲਾ ਪਾਉਂਦੇ ਨੇ ਕਿ ਨਿਆਜ਼ੀ ਜਿਹੜਾ ਉਹ ਜੇਲ੍ਹ ਤੋੜ ਕੇ ਬਨਿੰਗਾਲਾ ਚਲਾ ਗਿਆ ਔਰ ਪੂਰੇ ਮੁਲਕ ਵਿੱਚ ਖਬਰ ਫੈਲਾਈ ਔਰ ਫਿਰ ਅਸੀਂ ਆ ਕੇ ਉਹਨੂੰ ਡੱਕਾ ਲਾਇਆ ਡੱਕਾ ਲਾ ਕੇ ਤੇ ਅਸੀਂ ਤੁਹਾਨੂੰ ਦੱਸਿਆ ਕਿ ਝੂਠ ਬੋਲਦਾ ਜੀ ਉਹ ਅੰਦਰ ਹੀ ਤੇ ਅੰਦਰ ਹੀ ਉਹਨੂੰ ਖੁਰਕ ਵੀ ਪੈ ਗਈ ਤੇ ਬਾਬਾ ਸੀਰ ਵੀ ਚੜੀ ਇਹ ਨੱਕ ਨੂੰ ਠੀਕ ਹੋ ਗਿਆ ਨਾ ਜੀ ਨੱਕ ਨੂੰ ਚੜੀ ਬਾਬਾ ਸੀਰ ਅੱਛਾ ਇਹ ਹੁਣ ਇਸਲਾਮਾਬਾਦ ਹਾਈ ਕੋਰਟ ਦੇ ਵਿੱਚ ਦਰਖਾਸਤ ਲੈ ਕੇ ਜਾਂਦਾ ਸ਼ੋਇਬ ਸ਼ਹੀਨ ਉਹ ਜਿਹੜਾ ਵਕੀਲ ਆ ਤਿਨਾਰੋ ਦੇ ਹੋਰ ਕੁਛ ਲੋਕ ਕਿ ਜੀ ਸਾਡੇ ਨਾਲ ਧਾਂਦਲੀ ਹੋ ਗਈ ਹੈ ਤੇ ਇਹ ਸਾਡੇ ਰਿਜ਼ਲਟ ਨੇ ਤੇ ਸਾਨੂੰ ਜਿਤਵਾਇਆ ਜਾਏ ਤੇ ਮੁਖਾਲਫਾਂ ਨੂੰ ਹਰਾਇਆ ਜਾਏ ਉਹ ਚੀਫ ਜਸਟਿਸ اسلامਾਬਾਦ ਹਾਈ ਕੋਰਟ ਨੇ ਪੁੱਛਿਆ ਕਿ ਹਾਂ ਮੈ ਤੇਰੇ ਕੋਲ ਕੀ ਸਬੂਤ ਨੇ ਤੂੰ ਜਿੱਤਿਆ ਉਹਨੇ ਕਿਹਾ ਜੀ ਸਬੂਤ ਤੇ ਮੈਂ ਟੀਵੀ ਤੇ ਵੇਖਿਆ ਸੀ ਕਿ ਅਸੀਂ ਜਿੱਤ ਗਏ ਤੇ ਨਾਲ ਹੀ ਅਸੀਂ ਅਚਾਨਕ ਫਿਰ ਹਾਰ ਗਏ ਆ ਉਹ ਚੀਫ ਜਸਟਿਸ ਨੇ ਕਿ ਫਿਰ ਵੀ ਤੂੰ ਅਦਾਲਤ ਕਿਉਂ ਆਇਆ ਹੈ ਮਤਲਬ ਕੋਈ ਨਾ ਕੋਈ ਸ਼ਾਇਦ ਤੂੰ ਅਦਾਲਤ ਆਇਆ ਇਨਸਾਫ ਲੈਣ ਤੇ ਕੋਈ ਸਬੂਤ ਤੇ ਆਪਣੀ ਹੱਕ ਚ ਦੇ ਨਾ ਉਹਨੇ ਕਿਹਾ ਨਹੀਂ ਨਹੀਂ ਉਹ ਤੇ ਟੀਵੀ ਤੇ ਆਇਆ ਸੀ ਤੇ ਇਹ ਮੇਰੇ ਕੋਲ ਸਕਰੀਨ ਸ਼ਾਟ ਟੀਵੀ ਦਾ ਮੈਂ ਜਿੱਤੇ ਆ ਪਿਆ ਸੀ ਤੇ ਮੈਂ ਸਵੇਰੇ ਉੱਠਾਂ ਤੇ ਮੈਂ ਹਾਰਿਆ ਸੀ ਉਹਨੇ ਕਿਹਾ ਉਦੋਂ ਰਿਜ਼ਲਟ ਕਿੰਨਾ ਕੋ ਆਇਆ ਸੀ ਉਹਨੇ ਕਿਹਾ ਮੈਂ 6 7% ਤੇ ਉਹਨੇ ਕਿਹਾ ਫਿਰ ਤੂੰ ਜਿੱਤੇ ਆ ਕਿਸ ਹੈ ਐ ਨਹੀਂ ਜੀ ਨਹੀਂ ਮੈਂ ਜਿੱਤੇ ਆ ਮੈਨੂੰ ਮੇਰੀ ਜਿੱਤ ਦਾ ਨੋਟੀਫਿਕੇਸ਼ਨ ਜਾਰੀ ਕਰੋ ਜੱਜ ਸਾਹਿਬ ਉਹ ਫਿਰ ਜੱਜ ਸਾਹਿਬ ਨੇ ਕਿਹਾ ਕਿ ਜਿਸ ਮਾਲਕ ਦੇ ਜਿਸ ਟੀਵੀ ਦੇ ਮਾਲਕ ਨੇ ਤੇਰੀ ਜਿੱਤ ਦਾ ਐਲਾਨ ਕੀਤਾ ਸੀ ਨਾ ਉਸ ਟੀਵੀ ਦੇ ਮਾਲਕ ਦੇ ਕੋਲ ਚਲਾ ਜਾ ਤੇ ਉਹਨੂੰ ਜਾ ਕੇ ਕਹਿ ਕੇ ਤੇਰੀ ਜਿੱਤ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦੇ ਤੇ ਚੁੱਕ ਆਪਣੀ ਦਰਖਾਸਤ ਇੱਥੋਂ ਨਿਕਲ ਜਾ ਦੁਬਾਰਾ ਇਹ ਮਾਮਲਾ ਇੱਥੇ ਲੈ ਕੇ ਹਾਜ਼ਰ ਨਹੀਂ ਹੋਣਾ ਇਹ ਟੀਵੀ ਤੇ ਆਇਆ ਸੀ ਤੇ ਮੈਂ ਜਿੱਤ ਗਿਆ ਸਾਂ ਉਹਨੇ ਕਿਹਾ ਅਸਲ 45 ਫਾਰਮ ਲੈ ਕੇ ਆ ਉਹ ਕਿੱਥੇ ਕਹਿੰਦਾ ਉਹ ਤੇ ਮੇਰੇ ਕੋਲ ਕੋਈ ਨਹੀਂ ਉਹਨੇ ਕਿਹਾ ਨਿਕਲ ਜਾ ਫਿਰ ਇੱਥੋਂ ਲਿਤਰਿਆਂ ਪਾਟ ਜਾ ਇੱਥੋਂ ਉਹਨਾਂ ਫਿਰ ਕੰਨ ਫੜਾ ਕੇ ਪਾਂਜਾ ਲਵਾਇਆ ਔਰ ਉਸ ਤੋਂ ਬਾਅਦ ਉਹਨਾਂ ਗਿਆ ਬੇ ਜਾ ਕੇ ਨਿਆਜ਼ੀ ਨੂੰ ਵੀ ਦੱਸਦੇ ਕਿ ਤੈਨੂੰ ਵੀ ਸ਼ਾਮ ਨੂੰ ਪਾਂਜਾ ਜਿਹੜਾ ਉਹ ਲਗਣਾ ਜੇਲ੍ਹ ਦੇ ਵਿੱਚ ਅਗੇ ਸਰਕਾਰ ਤੁਸੀਂ ਆ ਜਾਓ ਬਾਰ ਬਾਰ 9 ਮਈ ਕਰਾਂ ਦੇ ਸ਼ੇਰ ਅਫਜ਼ਲ ਮਰਵਤ ਇਹਨ ਬਾਬਾ ਜੀ ਸ਼ੇਰ ਅਫਜ਼ਲ ਮਰਵਤ ਜਿਹੜਾ ਨਾ ਮੈਂ ਬੜੀ ਦੇਰ ਤੋਂ ਕਹਿ ਰਿਹਾ ਕਿ ਇਹ ਇੱਕ ਤੇ ਇਹ ਅਫਗਾਨੀ ਔਰ ਦੂਸਰਾ ਇਹ ਮੁਲਕ ਦੁਸ਼ਮਣ ਹੈ ਔਰ ਭਾਰਤੀ ਏਜੰਸੀ ਦੇ ਹੱਥਾਂ ਦੇ ਵਿੱਚ ਖੇਡਦਾ ਪਿਆ ਤੇ ਤਾਲਬਾਨਾਂ ਦੇ ਹੱਥਾਂ ਦੇ ਵਿੱਚ ਤੇ ਅਰਾਨੀ ਜਿਹੜਾ ਖਾਤਾ ਉਹਨਾਂ ਦੇ ਹੱਥਾਂ ਦੇ ਵਿੱਚ ਖੇਡਦਾ ਪਿਆ ਇਨੇ ਪਖਤੂਨ ਹਾਦੇ ਵਿੱਚ ਕਤਲੋਗਾਰਦ ਕਰਵਾਇਆ ਜੰਗ ਵੀ ਕਰਵਾਈ ਜਲਸੇ ਵੀ ਕੀਤੇ ਨਫਰਤ ਵੀ ਫੈਲਾਈ ਫੌਜ ਦੇ ਖਿਲਾਫ ਪੁਲਿਸ ਤੇ ਵੀ ਹਮਲੇ ਕੀਤੇ ਇਹ ਪਿਛਲੇ ਮਹੀਨੇ ਡੇਢ ਦੀ ਗੱਲ ਤੇ ਮੈਂ ਇਹ ਕਹਾਂਦਾ ਕਿ ਸਰ ਜੀ ਇਹਨੇ ਅੱਜ ਫਿਰ ਐਲਾਨ ਐਲਾਨ ਕੀਤਾ ਹੈ ਕਿ ਅਸੀਂ بار بار 9 ਮਈ ਕਰਾਂਦੇ ਕੀ ਸ਼ੇਰ ਅਫਜ਼ਲ ਮਰਵਤ ਨੇ ਕਿਹਾ ਅਸੀਂ بار بار 9 ਮਈ ਕਰਾਂਦੇ ਤੇ ਮੈਂ ਤੁਹਾਡੇ ਹੱਥ ਜੋੜਨਾ ਸ਼ਾਹ ਜੀ ਉਹ ਬਾਰ-ਬਾਰ ਕਹਿ ਰਿਹਾ ਕਿ ਮੈਂ 9 ਮਈ ਕਰਨਾ ਹੈ ਤੇ ਕੋਸ਼ਿਸ਼ ਵੀ ਕਰਤਾ ਆ ਪਿਆ ਕਿਤੇ ਵੀ ਕੋਸ਼ਿਸ਼ ਉਸ ਲਾਹੌਰ ਵਾਲਿਆਂ ਦੇ ਫੜ ਕੇ ਅੰਦਰ ਦੇ ਦਿੱਤਾ ਚਾਰ ਦਿਨ ਅੰਦਰ ਰੱਖਿਆ ਤੇਲ ਦੀ ਬੋਤਲ ਚਾਰ ਮੁੰਡੇ ਤੇ ਬਸ ਹਰ ਪਾਸੇ ਫਿਰ ਉਹਨਾਂ ਨੇ ਨਾ ਉਹ ਖਿੱਚ ਦਿੱਤਾ ਸਾਰਾ ਖਾਤਾ ਤੇ ਹੱਥ ਮੈਂ ਬੜਨਾ ਸ਼ਾਹ ਜੀ ਇਹ ਸ਼ੇਰ ਅਫਜ਼ਲ ਮਰਵਤ ਜਿਹੜਾ ਨਾ ਇਹਨੂੰ ਖੁਰਾਕ ਦੇ ਦਿਓ ਕਿਉਂਕਿ ਬਾਰ-ਬਾਰ ਉਹ ਟੀਵੀ ਤੇ ਆ ਕੇ ਕਹਿ ਰਿਹਾ ਕਿ ਅਸੀਂ 9 ਮਈ ਕਰਨਾ ਹੈ ਫੌਜ ਨਾਲ ਜੰਗ ਕਰਨੀ ਬਾਰ-ਬਾਰ ਕਰਨਾ ਹੈ 9 ਮਈ ਇਹ ਦਿਲ ਬੜਾ ਦੁਖਤ ਹੈ ਮਿੱਠਾ ਜੀ ਕਿਸੇ ਤਰੀਕੇ ਤਰੀਕੇ ਕਿਸੇ ਕੀ ਫੜੋ ਚਲੋ ਪਤਾ ਹੀ ਨਹੀਂ ਗਿਆ ਕਿੱਥੇ ਇਹ ਕੀ ਮਾਮਲਾ ਮਤਲਬ ਇੱਕ ਬੰਦਾ ਜਿਹੜਾ ਬਾਰ-ਬਾਰ ਕਹਿ ਰਿਹਾ ਕਿ ਮੈਂ ਫੌਜ ਤੇ ਹਮਲੇ ਕਰਨੇ ਨੇ 9 ਮਈ ਦੁਬਾਰਾ ਕਰਨਾ ਹੈ ਤੇ ਉਹਦਾ ਉਹਨੂੰ ਜਿਹੜੀ ਪਰਾਠਾ ਤੁਸੀਂ ਖਾਣੇ ਨੇ ਖਵਾ ਦਿਓ ਮਜ਼ੇਦਾਰ ਆਲੂ ਵਾਲੇ ਪਰਾਠੇ ਖਵਾ ਦਿਓ ਕਿਉਂ ਨਹੀਂ ਖਵਾਉਂਦੇ ਇਹ ਲੋਕ ਵੀ ਹੁਣ ਜਿਹੜੇ ਨੇ ਉਹ ਵੀ ਸਾਨੂੰ ਕਹਿੰਦੇ ਨੇ ਕਿ ਜੀ ਕੀ ਹੋ ਰਿਹਾ ਤੇ ਇਹ ਹੁਣ ਸਾਡੇ ਕੋਲ ਬਰਦਾਸ਼ਤ ਨਹੀਂ ਹੁੰਦਾ ਉਹ ਬਾਰ-ਬਾਰ ਕਹਿ ਰਿਹਾ ਕਿ ਮੈਂ 9 ਮਈ ਕਰਨਾ ਔਰ ਉਹ ਕੋਸ਼ਿਸ਼ ਵੀ ਕਰ ਰਿਹਾ ਤੇ ਮੇਰੀ ਗੁਜ਼ਾਰਿਸ਼ ਹੈ ਵੀ ਤੁਹਾਡੇ ਸਾਰੇ ਆਂਗਰੇ ਜਿਹੜੇ ਤੁਸੀਂ ਕਰਤਾ ਦਰਤਾ ਹੋ ਇਸ ਮੁਲਕ ਦੇ ਕਿ ਖੁਦਾਰਾ ਇਸ ਤਰ੍ਹਾਂ ਦੇ ਜਿਹੜੇ 8-10 ਲੋਕ ਨੇ ਉਹਨਾਂ ਨੂੰ ਆਲੂ ਵਾਲੇ ਪਰਾਠੇ ਖਵਾ ਦਿਓ ਇਕ ਕੋਈ ਹਾਲੇ ਉਹ ਜਿਹੜਾ ਚਾਗੀ ਵਾਲਾ ਪਹਾੜ ਨਹੀਂ ਉਹ ਜਿੱਥੇ ਨਵਾਸ਼ੀਬ ਸਾਹਿਬ ਨੇ ਧਮਾਕੇ ਕੀਤੇ ਸੀ ਉਸ ਪਹਾੜ ਦੇ ਉੱਤੇ ਲੈ ਜੋ ਜੀਪ ਤੇ 8 10 ਵਿੱਚ ਬਿਠਾ ਕੇ ਤੇ ਜੀਪ ਨੂੰ ਰੇਡ ਦਿਓ ਬਾਕੀ ਫਿਰ ਉਹ ਸਾਖਿਆ ਖੈਰ ਸਨ ਲਈ ਤੇ ਇਸ ਵਾਸਤੇ ਖਬਰਾਂ ਜਿਹੜੀਆਂ ਜਿਵੇਂ ਜਿਵੇਂ ਸਾਡੇ ਕੋਲ ਆndੀਆਂ ਰਹਿਣਗੀਆਂ ਤੁਹਾਡੇ ਸਾਹਮਣੇ ਅਸੀਂ ਗੋਸ਼ ਕੁਕਾਰ ਕਰਦੇ ਰਵਾਂਗੇ ਤੇ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਇਹਨੂੰ ਅਗਾਹਾਂ ਸਾੜਿਆ ਕਰੋ ਹਰ ਪਾਸੇ ਫਲਾਇਆ ਕਰੋ ਤੇ ਇਨਸ਼ਾਅੱਲਾ ਤਾਲਾ ਬਹੁਤ ਜਲਦ ਮੁਲਾਕਾਤ ਹੁੰਦੀ ਹੈ ਬਹੁਤ ਸ਼ੁਕਰੀਆ